घंटे का हो गया इस टाइम। 18 घंटे का हो गया, ठीक है। एक किलो माल अनलोड होया तेरे को? ये साढ़े रात 10 बजे आया ते राती आया, ठीक है, 10 बजे, ठीक। अस्सलामुअलैकुम व्यूअर्स, आज हम आपको लेके आए हैं गोल्डन मिस्री चूज़े के फार्म पे। ये अभी चूज़ा 18 घंटे का है, कल रात इसकी अनलोडिंग हुई है। माशाल्लाह मैम, आपको बैक कैमरे से दिखाते हैं क्लियर। अच्छा, अस्सलामुअलैकुम चाचा जी। वालेकुम सलाम, की हाल चाल है चाचा जी? ठीक है पुत्र। अच्छा चाचा जी, असीं ना तुहाडे कोल आए हां, तुसीं आ माल, सब तो पहले तुहाडे को पुछने हां कि तुसीं आ माल केड़ा पाया है, केड़ी ब्रीड दा है? असीं ये गोल्डन पाया है मिस्री। ठीक है, गोल्डन मिस्री। अच्छा, ये किन्ने देर दा हो गया तुहाडे कोल? 18 घंटे दा हो गया इस टाइम। 18 घंटे का हो गया, ठीक है। एक किलो माल अनलोड होया तुहाडे कोल? ये साढ़े रात 10 बजे आया ते राती आया, ठीक है, 10 बजे, ठीक है। ਅਤੇ ਇਹਦੀ ਜਦੋਂ ਗੱਡੀ 'ਚ ਆਉਂਦਾ ਮਾਲ ਹੈਚਰੀ ਤੋਂ, ਮਤਲਬ ਇੱਕ ਬਿਲਕੁਲ ਛੋਟਾ ਚੂਜ਼ਾ ਇੱਕ ਦਿਨ ਦਾ, ਅਤੇ ਇਹਨੂੰ ਕੋਈ ਮਸਲਾ ਤਾਂ ਨਹੀਂ ਹੁੰਦਾ ਜੀ? ਨਹੀਂ, ਇਹਨੂੰ ਕੋਈ ਮਸਲਾ ਨਹੀਂ ਹੁੰਦਾ ਮੇਰਾ ਪੁੱਤਰ। ਇਹ ਹੈ ਕਿ ਅਸੀਂ ਇਸ ਨੂੰ ਇੱਕ ਨੰਬਰ ਲੈਣਾ ਹੁੰਦਾ ਅਤੇ ਇਸ ਦਾ ਅਸੀਂ ਵੇਖ ਲੈਂਦੇ ਹਾਂ ਕਿ ਕਿਸ ਚਲਾਕ ਜਾਨਵਰ ਹੋਵੇ ਅਤੇ ਉਹ ਸਾਨੂੰ ਪਸੰਦ ਆਉਂਦਾ ਅਤੇ ਅਸੀਂ ਉਸ ਨੂੰ ਰੱਖ ਲੈਂਦੇ ਹਾਂ। ਠੀਕ ਹੈ, ਅਤੇ ਗੱਡੀ ਦੇ ਵਿੱਚ ਆਉਂਦੇ ਹਾਂ, ਇਹ ਕਿਹਦੇ ਡੱਬਿਆਂ 'ਚ ਆਉਂਦਾ ਜਾਂ ਟੋਕਰੀਆਂ 'ਚ ਆਉਂਦਾ, ਉਹ ਉਹਦੇ 'ਚ ਕੀ ਤੁਸੀਂ ਕਹਿੰਦੇ ਹੋ? ਗਰਮੀਆਂ 'ਚ ਟੋਕਰੀਆਂ 'ਚ ਆਉਂਦਾ ਤਾਂ ਜੋ ਇਹਨੂੰ ਹਵਾ ਚਲਦੀ ਹੋਈ ਗੱਡੀ 'ਚ ਲੱਗਦੀ ਰਹੇ ਅਤੇ ਜ਼ਿਆਦਾ ਹੁੰਦਾ ਜਾਨਵਰ, ਯਾਨੀ ਕਿ ਹੇਠਾਂ ਉੱਤੇ ਟੋਕਰੀਆਂ ਹੁੰਦੀਆਂ। ਠੀਕ ਠੀਕ, ਅਸੀਂ ਇਹਨੂੰ ਚੈੱਕ ਕਰਦੇ ਹਾਂ ਪਹਿਲੇ ਕਿ ਇਹਦੇ ਵਿੱਚ ਕੋਈ ਮਟੈਲਿਟੀ ਵਾਲਾ ਜਾਨਵਰ ਤਾਂ ਨਹੀਂ, ਅਤੇ ਉਸ ਤੋਂ ਬਾਅਦ ਇਹਦੀ ਛਾਣਬੀਨ ਕਰਕੇ ਚੈੱਕ ਕਰਕੇ ਇਸ ਨੂੰ ਲਈਦਾ। ਠੀਕ ਹੈ। ਅੱਛਾ, ਤੁਸੀਂ ਜਦੋਂ ਇਹਨੂੰ ਅਨਲੋਡਿੰਗ ਕਰਕੇ ਇੱਥੇ ਤੁਸੀਂ ਆਪਣਾ ਫਿਰ ਇਹ ਗੱਤਿਆਂ 'ਚ ਕੱਢ ਕੇ ਟੋਕਰੀਆਂ 'ਚ ਤਾਂ ਤੁਸੀਂ ਇੱਥੇ ਛੱਡ ਦਿੰਦੇ ਹੋ ਫਿਰ ਮਾਲ ਨੂੰ ਉਸੇ ਟਾਈਮ? ਪਹਿਲੇ ਇਸਦੀ ਜਗ੍ਹਾ ਬਣਾਈ ਹੁੰਦੀ ਹੈ, ਐਜ਼ ਤੁਹਾਡੇ ਸਾਹਮਣੇ ਜਗ੍ਹਾ ਬਣੀ ਹੋਈ ਹੈ, ਅਤੇ ਇਸ ਨੂੰ ਆਉਂਦੇ ਨਾਲੇ ਅਸੀਂ ਵਿਟਾਮਿਨ ਦਾ ਪਾਣੀ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਯਾਨੀ ਕਿ ਇਹਨੂੰ 18 ਘੰਟਿਆਂ 12 ਘੰਟਿਆਂ ਬਾਅਦ ਇਹਨੂੰ ਖੁਰਾਕ ਪਾ ਦੇ ਦੀ। ਅੱਛਾ, ਖੁਰਾਕ ਜਿਹੜੀ ਤੁਸੀਂ ਆਉਂਦੇ ਹੋ ਕਿ ਫੌਰੀ ਉਸੇ ਟਾਈਮ ਖੁਰਾਕ ਤੁਸੀਂ ਨਹੀਂ ਪਾਉਂਦੇ, ਲੇਟ 18 ਘੰਟਿਆਂ ਬਾਅਦ ਪਾਉਂਦੇ ਹੋ? ਕਿਉਂਕਿ ਇਹਦੀ ਜ਼ਰਦੀ ਹੱਲ ਹੋਣੀ ਹੁੰਦੀ ਹੈ, ਹੁਣ ਐਕਟਿਵ ਹੈ ਜਾਨਵਰ, ਸਾਨੂੰ ਪਤਾ ਲੈ ਵੀ ਇਹਦੀ ਜਿਹੜੀ ਇਹਨਾਂ ਜ਼ਰਦੀ ਹੱਲ ਹੋ ਚੁੱਕੀ ਹੈ, ਅਸੀਂ ਇਹਨੂੰ 2 ਘੰਟੇ ਪਹਿਲਾਂ ਫੀਡ ਪਾ ਦਿੱਤੀ। ਅੱਛਾ, ਫੀਡ ਤੁਸੀਂ ਹੁਣ ਪਾਈ ਇਹਨਾਂ ਨੂੰ? ਇਹ ਅਸੀਂ ਮਾਸ਼ਾਅੱਲਾ ਵਿਊਰਸ ਜਾਨਵਰ ਵੇਖੇ ਨੇ, ਤਕਰੀਬਨ ਮਾਸ਼ਾਅੱਲਾ ਬਹੁਤ ਐਕਟਿਵ ਜਾਨਵਰ ਨੇ, ਅੱਲਾ ਪਾਕ ਬਰਕਤ ਦੇ ਇਹਨਾਂ ਨੂੰ, ਅਤੇ ਤਕਰੀਬਨ 20 ਘੰਟੇ ਦਾ ਇਹ ਜਾਨਵਰ ਹੋ ਗਿਆ। ਰਾਤੀ ਇਹਨਾਂ ਦੀ ਅਨਲੋਡਿੰਗ ਹੋਈ ਹੈ 10 ਵਜੇ ਤਕਰੀਬਨ ਮਾਲ ਦੀ, ਅਤੇ ਅਸੀਂ ਸੁਬਹਾ ਫਸਟ ਟਾਈਮ ਆਏ ਹਾਂ ਇਹਨਾਂ ਕੋਲ ਵੀਡੀਓ ਬਣਾਉਣ, ਇਹਨਾਂ ਨੂੰ ਕਿਹਾ ਸੀ ਅਤੇ ਇਹਨਾਂ ਨੇ ਸਾਨੂੰ ਦੱਸਿਆ। ਅੱਛਾ ਚਾਚਾ ਜੀ, ਅਸੀਂ ਤੁਹਾਡੇ ਕੋਲ ਪੁੱਛਦੇ ਹਾਂ ਕਿ ਜਿਹੜਾ ਤੁਸੀਂ ਟੈਂਪਰੇਚਰ ਦਾ, ਕਿ ਇਹਨਾਂ ਨੂੰ ਪਹਿਲੇ ਦਿਨ ਦੇ ਵਿੱਚ ਕਿੰਨਾ ਕੁ ਟੈਂਪਰੇਚਰ ਕੀ ਤੁਸੀਂ ਕਹਿੰਦੇ ਹੋ ਕਿੰਨਾ ਕੁ ਹੋਣਾ ਚਾਹੀਦਾ? ਟੈਂਪਰੇਚਰ ਜੀ, ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ, ਇਸ ਵਾਸਤੇ ਇਹਦਾ ਟੈਂਪਰੇਚਰ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਹੁੰਦਾ, ਜਦੋਂ ਜਾਨਵਰ ਛੋੜੀਦਾ ਸਾਨੂੰ ਪਤਾ ਲੱਗ ਜਾਂਦਾ ਲੈ ਵੀ ਜਾਨਵਰ ਕਿਸ ਹਿਸਾਬ ਦਾ ਟੈਂਪਰੇਚਰ ਮੰਗਦਾ, ਹਵਾ ਮੰਗਦਾ ਜਾਂ ਆਪਣਾ ਟੈਂਪਰੇਚਰ ਉਹਦਾ ਪੂਰਾ, ਅਤੇ ਉਸ ਹਿਸਾਬ ਦੇ ਅਸੀਂ ਪਰਦੇ ਅਤੇ ਨੀਵੇਂ ਕਰਦੇ ਹੁੰਦੇ ਹਾਂ। ਇਹ ਪਰਦਾ ਜਿਹੜਾ ਤੁਸੀਂ ਇਹ ਪਹਿਲੇ ਦਿਨ ਤੋਂ ਇਹਦਾ ਕੰਮ ਸ਼ੁਰੂ ਹੋ ਜਾਂਦਾ, ਪਰਦੇ ਦਾ ਤੁਸੀਂ ਚੁੱਕਣਾ ਵੀ ਹੈ, ਇਹਨੂੰ ਥੱਲੇ ਵੀ ਸੁੱਟਣਾ ਹੈ? ਇਹ ਮੌਸਮ ਦੇ ਲਿਹਾਜ਼ ਨਾਲ ਜੀ, ਹਵਾ ਦੇ ਲਿਹਾਜ਼ ਨਾਲ, ਅਤੇ ਇਸ ਦੇ ਯਾਨੀ ਕਿ ਆਬੋ ਹਵਾ ਦੇ ਆਪਣੇ ਇਲਾਕੇ ਦੇ ਹਿਸਾਬ ਨਾਲ, ਜਿਸ ਤਰ੍ਹਾਂ ਦੀ ਆਬੋ ਹਵਾ ਹੋਵੇਗੀ ਉਸ ਹਿਸਾਬ ਨਾਲ। ਹੁਣ ਆਪਾਂ ਤਕਰੀਬਨ 10-11 ਵਜੇ ਆਪਾਂ ਇੱਥੇ ਆ ਵੀਡੀਓ ਬਣਾ ਰਹੇ ਹਾਂ, ਅਤੇ ਵੇਖਿਆ ਸੀ ਕਿ ਤੁਸੀਂ ਆ ਪਰਦੇ ਥੱਲੇ ਕਰ ਦਿੱਤੇ ਨੇ, ਹੁਣ ਹਵਾ ਮਾਸ਼ਾਅੱਲਾ ਚੱਲ ਰਹੀ, ਅਤੇ ਹਵਾ ਦੀ ਵਜ੍ਹਾ ਤੋਂ ਕੀਤੇ ਨੇ? ਹਵਾ ਦੀ ਵਜ੍ਹਾ ਤੋਂ ਬਾਹਰਲੇ ਸਾਈਡ ਜਿਹੜੀ ਹੈ ਨਾ, ਉਹ ਫਿਰ ਵੀ ਥੋੜ੍ਹੀ ਨੀਵੀਂ ਰੱਖੇ ਹੋਏ ਹਨ ਪਰਦੇ, ਤਾਂ ਜੋ ਇਹਨੂੰ ਡਾਇਰੈਕਟ ਹਵਾ ਨਾ ਮਿਲੇ। ਅੱਛਾ, ਠੀਕ ਹੈ। ਅਤੇ ਜਿਹੜਾ ਇੱਕ ਮਾਲ ਤੁਸੀਂ ਪਸੰਦ ਕਰਕੇ ਲਿਆਉਂਦੇ ਹੋ ਚੰਗਾ, ਮੋਰਟੈਲਿਟੀ ਦਾ ਇਹਦੇ ਵਿੱਚ ਕਿੰਨਾ ਕੁ ਚਾਂਸ ਹੈ ਇਸ ਗੋਲਡਨ ਮਿਸਰੀ ਦੇ ਵਿੱਚ? ਆਪਾਂ ਵੇਖਦੇ ਹਾਂ ਜਿਹੜੀ ਲੇਅਰ ਹੈ ਆਪਣੇ ਕੋਲ ਚਿੱਟੀ ਬਰੀਡ ਹੈ, ਉਹਦੇ ਵਿੱਚ ਥੋੜ੍ਹਾ ਜ਼ਿਆਦਾ ਹੈ, ਇਹਦੇ ਵਿੱਚ ਘੱਟ ਹੈ, ਅਤੇ ਇਹ ਤੁਸੀਂ ਕੀ ਕਹਿੰਦੇ ਹੋ ਕਿ ਇਹਦੇ ਵਿੱਚ? ਜੇ ਕੂਵਾ ਤਾਂ ਬਰਦਾਸ਼ਤ ਜ਼ਿਆਦਾ ਹੈ, ਇਹ ਹਰ ਮੌਸਮ ਨੂੰ ਜਿਹੜਾ ਨਾ ਮੇਨਟੇਨ ਕਰ ਲੈਂਦਾ, ਅਤੇ ਉਸ ਤੋਂ ਬਾਅਦ ਸਾਨੂੰ ਇਸ ਦੇ ਉੱਤੇ ਹੁੰਦਾ ਹੈ ਕਿ ਲੈ ਵੀ ਇਹ ਜਾਨਵਰ ਸਾਡਾ ਐਕਟਿਵ ਹੈ, ਬਾਕੀ ਅਸੀਂ 35 ਸਾਲ ਹੋ ਗਏ ਮੈਨੂੰ ਇਸ ਕੰਮ ਦਾ ਤਜਰਬਾ ਹੈ, ਅਤੇ ਮੈਂ ਇਸ ਨੂੰ ਆਪਣੇ ਹਿਸਾਬ ਨਾਲ ਕਵਰ ਕਰ ਲਿਆ। ਮਾਸ਼ਾਅੱਲਾ ਜੀ, ਤੁਸੀਂ ਦੱਸਿਆ, ਅਤੇ ਆਹ ਜਿਹੜਾ ਤੁਸੀਂ ਦੱਸਿਆ ਇਹ ਆ ਪਾਣੀ ਦਾ, ਤੁਸੀਂ ਕਹਿ ਰਹੇ ਸੋ ਕਿ ਇਹ ਪਾਣੀ ਦਾ ਅਸੀਂ ਵੇਖ ਰਹੇ ਹਾਂ ਵਿੱਚ ਖੱਟਾ ਜਿਹਾ ਰੰਗ, ਇਹਦੇ ਵਿੱਚ ਤੁਸੀਂ ਕੀ ਪਾਇਆ? ਵਿਟਾਮਿਨ ਹੈ ਜੀ। ਅੱਛਾ, ਵਿਟਾਮਿਨ ਇਹ ਪਹਿਲੇ ਦਿਨ ਪਾਉਂਦੇ ਹੋ? ਪਹਿਲੇ ਦਿਨ ਪਾਉਂਦੇ ਹਾਂ, ਹੁਣ ਇਸ ਦੇ ਦੂਸਰਾ ਪਾਣੀ ਸ਼ੁਰੂ ਹੈ, ਇਹਦੇ ਵਿੱਚ ਅਸੀਂ ਹੋਰ ਵੀ ਦਵਾਈਆਂ ਹੈਗੀਆਂ ਅਤੇ ਉਹ ਵੀ ਮਿਕਸ ਕੀਤੀਆਂ। ਅੱਛਾ ਜੀ, ਠੀਕ ਹੋ ਗਿਆ। 12 ਘੰਟੇ ਬਾਅਦ ਅਸੀਂ ਇਸਦਾ ਪਾਣੀ ਬਦਲੀ ਕਰ ਦਿੰਦੇ। ਠੀਕ, 12 ਘੰਟੇ ਬਾਅਦ। ਅਤੇ ਫੀਡ ਦਾ ਤੁਸੀਂ ਕੀ ਕਹਿੰਦੇ ਹੋ ਕਿ ਜਿਹੜਾ ਚੂਜ਼ਾ ਛੋਟਾ ਹੁੰਦਾ ਜਦੋਂ ਸ਼ੁਰੂ ਤੋਂ, ਅਤੇ ਉਹਨੂੰ ਕਿੰਨੀ ਵਾਰੀ ਫੀਡ ਦੇਣ 'ਚ ਪਾਣੀ ਚਾਹੀਦੀ? 2 ਵਾਰੀ 3 ਵਾਰੀ? ਉਹਨੂੰ ਜੇ ਜਿਤਨੇ ਫੀਡ ਉਹ ਖਾਵੇ ਉਹਨੂੰ ਦੇਣੀ ਪੈਂਦੀ ਹੈ, ਉਹਦੇ ਬਰਤਨ ਵਿਹਲੇ ਨਹੀਂ ਹੋਣੇ ਚਾਹੀਦੇ। ਹੁਣ ਇਹਨੂੰ 15-20 ਮਿੰਟਾਂ ਬਾਅਦ ਜਾਂ 1/2 ਘੰਟੇ ਬਾਅਦ ਅਸੀਂ ਦੁਬਾਰਾ ਫਿਰ ਫੀਡ ਪਾ ਦੇਣੀ ਹੈ, ਇਸ ਵਾਸਤੇ ਕਿ ਇਸ ਦਾ ਜਿਹੜਾ ਨਾ ਚੱਲਦਾ ਫਿਰਦਾ ਆਪਣਾ ਖਾਂਦਾ ਪੀਂਦਾ ਰਹੇ, ਆਪਣਾ ਯਾਨੀ ਕਿ
हुशियार रहे। अच्छा पहले दिन वास्ते तुसी आ थल्ले आना बुरा पाया है चावलां दा, इहदा वी इहदे की इहदा जी हल्का हल्का पाया है इस वास्ते के फर्श है पक्का फर्श है ते इस दे उत्ते विठां जम जाणा ते फिर ओह साफ सफाई नहीं आउंदी ते इस नूं असीं हल्का हल्का ही रखदे हां। जिस दिन जानवर वड्डा होवेगा अग्गे वधदा जाएगा ते इह नाल नाल असीं इस नूं चलाउंदे आ। अच्छा जानवर आपां नूं याद नहीं रहा पुछण दा किन्ना जानवर माशाल्लाह तुसीं जानवर जी इह माशाल्लाह 11,000 है जी। ठीक है 11,000 माशाल्लाह जी। की तुहाडे कोल एस्टीमेट है किन्नी देर तुहाडा इह रखण दा टारगेट है, 40 दिनां दा जां फुल इहनूं वड्डा करन दा टारगेट है? देखो जी इह हुंदा ਇਹ ਸਾਰਾ ਦਾਰੋਮਦਾਰ ਜੀ ਰੇਟ 'ਤੇ ਜਦੋਂ ਸਾਨੂੰ ਵਾਰਿਆ ਆਉਣਾ ਅਸੀਂ ਇਹਨੂੰ ਚੁਕਾ ਦੇਣਾ, ਜੇ ਅਗਰ ਨਹੀਂ ਵਾਰਿਆ ਆ ਫਿਰ ਇਹਨੂੰ ਕਿਉਂਕਿ ਇਹਨਾਂ ਇਸ ਮਾਲ ਵਾਸਤੇ ਅਸੀਂ ਹੋਰ ਵੀ ਫਾਰਮ ਹਨ ਸਾਡੇ ਕੋਲ, ਅੰਡਿਆਂ ਵਾਲੀ ਮੁਰਗੀ ਵੀ ਹੈ ਵਾਸਤੇ ਵੀ ਰੱਖ ਲੈਂਦੇ ਹਾਂ, ਜਿਹੜਾ ਮੁਰਗਾ ਨਿਕਲੇਗਾ ਉਹ ਗੋਸ਼ਤ ਵਾਸਤੇ ਵੀ ਭੇਜ ਦੇਈਦਾ, ਯਾਨੀ ਕਿ ਇਹਨੂੰ ਅਸੀਂ ਜਿੱਥੇ ਵੀ ਕਵਰ ਹੋਣਾ ਉੱਥੇ ਇਹਨੂੰ ਅਸੀਂ ਕਰ ਲੈਣਾ। ਠੀਕ ਹੈ। ਅੱਛਾ ਤੁਸੀਂ ਕਿਹਾ ਕਿ ਜਿਹੜਾ ਮੁਰਗਾ ਵਿੱਚੋਂ ਨਿਕਲਦਾ ਗੋਸ਼ਤ ਵਾਸਤੇ ਅਸੀਂ ਭੇਜ ਦਿੰਦੇ ਹਾਂ, ਇਹ ਕਿੰਨੇ ਕੁ ਦਿਨਾਂ ਤੱਕ ਤਕਰੀਬਨ ਪਛਾਣ ਹੋ ਜਾਂਦੀ ਹੈ ਮੁਰਗੀ ਦੀ ਅਤੇ ਮੁਰਗੇ ਦੀ ਲਹਿਜ਼ਾ ਲਹਿਦਾ? ਇਹ ਜੀ 25-26 ਦਿਨਾਂ 'ਚ ਅੱਲਾਹ ਦੇ ਹੁਕਮ ਨਾਲ ਜੀ ਇਸਦੀ ਕਲਗੀ ਜਿਹੜੀ ਹੈ ਨਾ ਉਹ ਨਜ਼ਰ ਆਉਣ ਲੱਗ ਜਾਂਦੀ ਹੈ ਕਿ ਇਹ ਮੁਰਗਾ ਹੈ। ਅੱਛਾ ਮੁਰਗੇ ਦੀ ਜਿਹੜੀ ਕਲਗੀ ਉਹ ਵੱਡੀ ਜ਼ਿਆਦਾ ਹੋਏਗੀ, ਵੱਡੀ ਹੋਏਗੀ? ਵੱਡੀ ਹੋ ਜਾਂਦੀ ਹੈ। ਠੀਕ ਹੈ, ਤਾਂ ਮੁਰਗੀ 'ਚ ਫਿਰ ਫਰਕ ਪਤਾ ਚੱਲ ਜਾਂਦਾ? ਅੱਛਾ ਠੀਕ ਹੋ ਗਿਆ। ਅੱਛਾ ਜਿਹੜੀ ਅਸੀਂ ਨਾ ਵੇਖਿਆ ਤੁਹਾਡੇ ਸ਼ੈੱਡ ਦੇ ਵਿੱਚ ਨਾ ਇੱਥੇ ਆ ਸਾਈਡ 'ਤੇ ਆ ਡੱਬੇ ਬਣੇ ਨੇ ਤੁਹਾਡੇ ਕੋਲ, ਇਹਨਾਂ ਦਾ ਕੀ ਮਕਸਦ ਹੈ? ਇਹਨਾਂ ਛੋਟਿਆਂ ਵਾਸਤੇ ਕੋਈ ਮਕਸਦ ਹੈ ਜਾਂ ਵੱਡੀਆਂ ਮੁਰਗੀਆਂ? ਇਹ ਵੱਡੇ ਮੁਰਗੀ ਲੇਅਰ ਵਾਸਤੇ ਸੀ ਜੀ, ਅਸੀਂ ਇਹ ਗੋਲਡਨ ਮਿਸਰੀ ਪਾਏ ਹੋਏ ਹੈ ਅਤੇ ਇਸ ਨੂੰ ਅਸੀਂ ਜਿੱਥੇ ਸਾਨੂੰ ਮੁਨਾਸਿਬ ਹੋਏ ਉੱਥੇ ਇਸ ਨੂੰ ਅਸੀਂ ਫਾਰੇ। ਠੀਕ, ਇਹ ਅੰਡਿਆਂ ਵਾਸਤੇ ਨੇ ਬਣੇ ਜਾਂ ਇਹ ਤੇ ਮੁਰਗੀਆਂ ਵਾਸਤੇ ਬਣੇ ਹੋਏ ਨਾ? ਅੱਛਾ ਅੱਛਾ ਠੀਕ ਹੈ। ਅੱਛਾ ਅੱਛਾ ਜੀ, ਅਸੀਂ ਨਾ ਵੇਖਿਆ ਤੁਹਾਡੇ ਆ ਬਲਬ ਤੁਸੀਂ ਲਾਏ ਨੇ, ਇਹ ਬਲਬਾਂ ਦਾ ਵੀ ਕੋਈ ਮਤਲਬ ਕਰਦਾਰ ਹੈ ਟੈਂਪਰੇਚਰ ਨੂੰ ਰਾਤ ਹੀ ਤੁਸੀਂ ਚਲਾਉਂਦੇ ਹੋ? ਜੇ ਇਸ ਨੂੰ ਹਾਲੇ ਛੋਟਾ ਜਾਨਵਰ ਹੈ ਕਿਉਂਕਿ ਰਾਤ ਨੂੰ ਹਨੇਰੇ ਤੋਂ ਡਰ ਕੇ ਇਕੱਠਾ ਵੀ ਹੋ ਸਕਦਾ ਅਤੇ ਇਸ ਵਾਸਤੇ ਅਸੀਂ ਇਹਨੂੰ ਲਾਈਟ ਦਿੰਦੇ ਹਾਂ, ਰਾਤ ਨੂੰ ਦਿਨੇ ਤਾਂ ਲਾਈਟਾਂ ਬੰਦ ਕਰ ਦਿੰਦੇ ਹਾਂ ਪਰਦੇ ਨੀਵੇਂ ਅਤੇ ਇਸ ਨੂੰ ਚੰਨ ਲਾਈਟ ਪੈ ਰਹੀ ਹੈ। ਠੀਕ, ਫਿਰ ਜਦੋਂ 15-16 ਦਿਨਾਂ ਦਾ ਹੋ ਜਾਂਦਾ ਫਿਰ ਇਹਨੂੰ ਲਾਈਟ ਅਸੀਂ ਬੰਦ ਕਰ ਦਿੰਦੇ ਬਿਲਕੁਲ ਵੀ, ਦਿਨ ਵੀ ਰਾਤ ਵੀ। ਠੀਕ, ਫਿਰ ਲਾਈਟ ਨਹੀਂ ਚਲਾਉਂਦੇ ਮਤਲਬ? ਸ਼ੁਰੂ ਤੋਂ ਚਲਾਉਂਦੇ ਹੋ ਬੱਚਿਆਂ ਵਾਸਤੇ? ਸ਼ੁਰੂ ਤੋਂ ਚਲਾਉਂਦੇ ਤਾਂ ਜੋ ਜਦੋਂ ਇਹ ਹੁਸ਼ਿਆਰ ਹੋ ਜਾਂਦਾ ਹੋਰ ਵੀ ਜ਼ਿਆਦਾ ਸਮਝਦਾਰ ਹੋ ਜਾਂਦਾ ਫਿਰ ਇਸ ਦਾ ਸਾਨੂੰ ਫਿਕਰ ਕੋਈ ਨਹੀਂ ਹੁੰਦਾ, ਫਿਰ ਇਹ ਅਸੀਂ ਆਪਣੇ ਹਿਸਾਬ ਨਾਲ। ਜਿਹੜਾ ਥੱਲੇ ਜਿਹੜੇ ਚਾਵਲਾਂ ਦਾ ਤੁਸੀਂ ਇਹ ਬੂਸਾ ਪਾਇਆ ਹੈ ਇਹਨੂੰ ਤਬਦੀਲ ਵੀ ਕਰਦੇ ਹੋ ਜਾਂ ਇਹ 40 ਦਿਨਾਂ ਤੱਕ ਇਹੀ ਚੱਲਦਾ? ਨਹੀਂ ਜੀ, ਇਹ ਕਾਫੀ ਅਰਸਾ ਚੱਲਦਾ, ਇਸ ਦੇ ਨਾਲ ਦੇ ਨਾਲ ਇਸ ਨੇ ਅੱਗੇ ਚੱਲਦਾ ਜਾਣਾ ਹੋਰ ਇਸ ਦੇ ਉੱਤੇ ਪੈਂਦਾ ਜਾਣਾ। ਅੱਛਾ, ਹੋਰ ਇਹਨੂੰ ਪਾ ਕੇ ਦੇ ਵਿੱਚ ਹੀ ਇਹਦੇ ਖਿਲਾਰਦੇ ਜਾਓਗੇ ਅੱਗੇ? ਬਿਲਕੁਲ ਹਲਕਾ ਕਰਨਾ ਇਹਨੂੰ। ਠੀਕ ਹੈ, ਹੁਣ ਇਹ ਥੋੜ੍ਹਾ ਜਿਹਾ ਨਾ ਮਤਲਬ ਵਾਹਵਾ ਘਮੀਰ ਇਹਨਾਂ ਦੀ ਵਾਹਵਾ ਹੋਈ ਹੈ ਅਤੇ ਮਾਸ਼ਾਅੱਲਾ ਤੁਸੀਂ 11,000 ਪਾਇਆ, ਇਹਨੂੰ ਵੱਡਾ ਵੀ ਕਰੋਗੇ? ਇਹਨੂੰ ਹੌਲੀ ਹੌਲੀ ਵਧਾਓਗੇ ਜਦੋਂ ਵੱਡਾ ਹੋਏਗਾ ਚੂਜ਼ਾ? ਹਾਂਜੀ, ਇਹ 3-4 ਦਿਨਾਂ ਬਾਅਦ ਫਿਰ ਵਧਾਏ ਦੇਈਦਾ ਜੀ, ਜਗ੍ਹਾ ਇਸਨੂੰ ਦੇਈਦੀ ਹੈ ਤਾਂ ਜੋ ਜਾਨਵਰ ਫਿਰੇ ਤੋਰੇ ਜਿਸ ਤਰ੍ਹਾਂ ਹੁਣ ਖੁੱਲ੍ਹਾ ਖੁੱਲ੍ਹਾ ਫਿਰ। ਠੀਕ, ਚਾਚਾ ਜੀ ਤੁਹਾਡੀ ਤੁਸੀਂ ਆਏ ਮਾਸ਼ਾਅੱਲਾ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਨੇ ਸਾਨੂੰ, ਤੁਹਾਡੇ ਕੋਲ ਨਾ ਇੱਕ ਗੱਲ ਇਹ ਪੁੱਛਣੀ ਚਾਹੁੰਦੇ ਹਾਂ, ਮਾਸ਼ਾਅੱਲਾ ਤੁਹਾਡਾ ਤਜਰਬਾ ਇੰਨਾ 35 ਸਾਲ ਦਾ ਤਜਰਬਾ ਇਸ ਕੰਮ ਦੇ ਵਿੱਚ, ਅਤੇ ਤੁਸੀਂ ਕੀ ਕਹਿੰਦੇ ਹੋ ਕਿ ਅਗਰ ਇੱਕ ਇਹ ਕੰਮ, ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਇੱਕ ਇਹ ਕੰਮ ਮੁਨਾਫਾ ਬਖਸ਼ੇ ਜਾਂ ਨੁਕਸਾਨ ਦੇਵੇ? ਇਸ ਕੰਮ ਵਿੱਚ ਨੁਕਸਾਨ ਕੋਈ ਨਹੀਂ ਹੈ ਜੀ, ਜਿਤਨਾ ਮਰਜ਼ੀ ਇਨਸਾਨ ਹੈ ਇਸ ਨੂੰ ਵਧਾਵੇ ਵੱਧਦਾ ਹੈ ਜੀ। ਠੀਕ ਹੈ, ਅਤੇ ਇਸ ਦੇ ਵਿੱਚ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਮੈਂ ਇਹਦੇ ਉੱਤੇ ਖਰਚਾ ਕਰਾਂਗਾ ਤਾਂ ਵੱਧ ਇਸ ਚੀਜ਼ ਦੀ ਜ਼ਰੂਰਤ ਹੈ ਵੈਕਸੀਨਾਂ ਦੀ, ਯਾਨੀ ਕਿ ਇਹਨੂੰ ਟਾਈਮ 'ਤੇ ਮਿਲਦੀਆਂ ਜਾਣ 'ਤੇ ਕੋਈ ਨੁਕਸਾਨ ਨਹੀਂ ਹੈ। ਠੀਕ ਹੈ, ਅਤੇ ਤੁਸੀਂ ਕੀ ਕਹਿੰਦੇ ਹੋ ਕਿ ਅਗਰ ਨਵਾਂ ਬੰਦਾ ਇਹ ਕੰਮ ਨੂੰ ਸ਼ੁਰੂ ਕਰੇ ਅਤੇ ਉਹਨੂੰ ਇਹ ਕਿਹੜੀ ਬਰੀਡ ਰੱਖਣੀ ਚਾਹੀਦੀ ਹੈ? ਨਵੇਂ ਬੰਦਾ ਵਾਸਤੇ ਵੀ ਇਹੀ ਕੁਛ ਹੈ ਕਿ ਉਹ ਆਪਣੇ ਜਿਹੜਾ ਵੀ ਕੰਮ ਕਰੇਗਾ ਨਾ ਉਹ ਆਪਣਾ ਫਾਇਦਾ ਵਾਸਤੇ ਕਰਦਾ, ਇਸ ਕੰਮ ਵਿੱਚ ਫਾਇਦਾ ਇਤਨਾ ਹੈ ਕਿ ਅੱਜ ਦਿਨ ਤੱਕ ਅਸੀਂ ਕਦੇ ਨਹੀਂ ਸੁਣਿਆ ਕਿ ਕੁਛ ਸਾਨੂੰ ਨੁਕਸਾਨ ਹੋ ਰਿਹਾ। ਠੀਕ ਠੀਕ, ਬਾਕੀ ਆਪਣੀ ਕੇਅਰ ਦੀ ਗੱਲ ਹੈ, ਇਨਸਾਨ ਕੇਅਰ ਚੰਗੀ ਕਰੇਗਾ ਜਾਨਵਰ ਹੋਰ ਵੀ ਜ਼ਿਆਦਾ। ਠੀਕ ਹੈ, ਅੱਛਾ ਅਤੇ ਇੱਕ ਨਵਾਂ ਬੰਦਾ ਅਗਰ ਇਹ ਕੰਮ ਨੂੰ ਸ਼ੁਰੂ ਕਰਨਾ ਚਾਹੁੰਦਾ ਤੁਸੀਂ ਕੀ ਉਹਨੂੰ ਕਹਿੰਦੇ ਹੋ ਕਿ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰੇ ਕਿ ਅਗਰ ਉਹ ਮਤਲਬ ਸਭ ਕੁਝ ਬਰਦਾਸ਼ਤ ਕਰ ਸਕੇ? ਦੇਖੋ ਜੀ ਇਹਦੇ ਫੀਡ ਦਾ ਮਸਲਾ ਹੁੰਦਾ, ਫੀਡ ਅਗਰ ਉਹਨੂੰ ਮਿਲ ਸਕਦੀ ਹੈ ਅਤੇ ਉਹ ਜਿਤਨਾ ਮਰਜ਼ੀ 10,000 ਜਾਨਵਰ ਪਾਲਵੇ, 4,000 ਪਾਲਵੇ, 5,000 ਪਾਲਵੇ, ਯਾਨੀ ਕਿ ਹਜ਼ਾਰਾਂ 'ਚ ਜਾਨਵਰ ਜੇ ਅਗਰ ਪਾਉਣਾ, ਲੇਕਿਨ ਫੀਡ ਉਸ ਵਾਸਤੇ ਲਾਜ਼ਮੀ ਹੈ ਕਿ ਫੀਡ ਦੀ ਵਜ੍ਹਾ ਤੋਂ ਉਹ ਜਾਨਵਰ ਨੂੰ ਯਾਨੀ ਕਿ ਉਸ ਟਾਈਮ ਤਾਂ ਲੈ ਜਾਵੇ ਜਿਸ ਟਾਈਮ ਤਾਂ ਉਸਦਾ ਰੇਟ ਬਣਦਾ ਨਹੀਂ ਸਹੀ। ਠੀਕ ਹੈ, ਅੱਛਾ ਫੀਡ ਦਾ ਤੁਸੀਂ ਕੀ ਕਹਿੰਦੇ ਹੋ ਕਿ ਜਿਹੜੀ ਫੀਡ ਦੀ ਇੱਕ ਬੋਰੀ ਤੁਸੀਂ ਫਿਲਹਾਲ ਤੁਹਾਨੂੰ ਕਿੰਨੇ ਦੀ ਮਿਲ ਰਹੀ ਹੈ? ਫੀਡ ਦੀ ਮਹਿੰਗੀ ਬਹੁਤ ਹੋਈ ਹੋਈ ਹੈ, ਲੇਕਿਨ ਅੱਗੇ ਉਹ ਰੇਟ ਤਾਂ ਮੁਨਾਸਰ ਹੈ ਅੱਲਾਹ ਦੇ ਵਾਸਤੇ, ਫਿਰ ਉਸ ਰੇਟ ਨੂੰ ਕਵਰ ਕਰੀਦਾ, ਜੇ ਅਗਰ ਨਾ ਕਵਰ ਹੋਵੇ ਫਿਰ ਉਸਨੂੰ ਅੱਗੇ ਵਧਾਈਦਾ ਜਾਨਵਰ ਨੂੰ। ਠੀਕ ਹੈ, ਅਤੇ
मसला तो सारा फीड का ही होंगे। ठीक है ठीक है। तो वैक्सीन तुम दस कि वैक्सीन अच्छा सू दस दो कि मैनू किन्नी दिन से वैक्सीन शुरू करी दी है तो कि करी दी है। वैक्सीन जी इसकी आई वी तो शुरू हो जाती है जी, फिर अपना इसका वैक्सीन सारिया गमोरो ते पंद्रह दिन इस वैक्सीन जो उस बाद एनडी आई वी है आखिरी इसकी। ठीक है ठीक है। अच्छा जी अच्छा चाचा जी ताड़ी बड़ी मेहरबानी, असी सानू ये इनफॉरमेशन दी है, असी लोगों नाल शेयर करांगे जिहड़े इस काम नू शुरू करना चाहते हैं।